ਗੱਲ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ ਰੱਬਾ ਮੇਰੇ ਹਾਲ ਦਾ ਮਹਿਰੂਮ ਤੂੰ 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 ਰੱਜ ਕੇ ਖਾ ਛੋਟਿਆਂ ਨਾਲ ਪਿਆਰ ਨਾ ਭੁੱਲਿਓ ਵੱਡਿਆਂ ਦਾ ਸਤਿਕਾਰ ਨਾ ਭੁੱਲਿਓ ਤੇ ਆਪਣਾ ਸੱਭਿਆ ਚਾਰ ਨਾ ਭੁੱਲਿਓ ਚਾਰ ਨਾ ਭੁੱਲਿਓ ਫਿਰ ਮਿਲੂਗਾ ਪਿਆਰ ਅਥਾ ਦੱਬ ਕੇ ਵਾਹ ਤੇ ਰੱਜ ਕੇ ਜਿੱਥੇ ਵੀ ਜਾਇਓ ਆਪਣਾ ਪਿਛੋਕੜ ਯਾਦ ਰੱਖਿਓ ਜਿਹੜਾ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ ਫਿਰ ਔਖਾ ਹੋ ਜਾਂਦਾ ਕਿਉਂਕਿ ਇਹ ਆਪਣਾ ਅਸਲੀ ਸੱਭਿਆਚਾਰ ਹੈ ਸਾਈਆਂ ਫੱਕਰਾਂ ਦੇ ਲੜ ਲੱਗਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਸੇਵਾ ਕਰਦੇ ਹੋ ਮੇਲੇ ਕਰਾਉਂਦੇ ਹੋ ਮੇਲਾ ਕਮੇਟੀ ਨੂੰ ਵੀ ਮੁਬਾਰਕਬਾਦ ਆ ਪਰਮਾਤਮਾ ਲਕੋ ਕੇ ਕੁਛ ਨਹੀਂ ਰੱਖਦਾ ਬਾਬਾ ਜੀ ਹੋਣੀ ਆਪ ਜਾਨੀ ਜਾਣ ਹੁੰਦੇ ਆ ਸ਼ੁਰੂ ਕਰੀਏ ਉਸ ਦੁਕਾਨੇ ਤੋਂ ਜਦੋਂ 10-12 ਸਾਲ ਪਹਿਲਾਂ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਸੀ ਸਿਆਣੇ ਕਹਿੰਦੇ ਵੀ ਜ਼ਮੀਨ ਆ ਜਿਹੜੀ ਉਹ ਜੱਟ ਦੀ ਮਾਂ ਹੁੰਦੀ ਹੈ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਭਾਈ ਪਟਵਾਰੀ ਵੀ ਹੁੰਦਾ ਹਾਂਜੀ ਚਾਹੇ ਕਿਸੇ ਕੋਲ 5 ਮਰਲੇ ਜ਼ਮੀਨ ਹੋਵੇ ਪਰ ਪਟਵਾਰੀ ਦੀ ਜ਼ਰੂਰਤ ਹਰ ਇਨਸਾਨ ਨੂੰ ਪੈਂਦੀ ਹੈ ਪਟਵਾਰੀ ਕੋਲੇ ਆਉਣਾ ਜਾਣਾ ਜਿਹਾ ਲੱਗਿਆ ਰਹਿੰਦਾ ਹੈ ਤੇ ਪਟਵਾਰਨ ਚਾਹ ਬਣਾਉਂਦੀ ਬਣਾਉਂਦੀ ਹੰਬੀ ਪਈ ਹੈ ਹੰਬ ਹਾਰ ਕੇ ਇੱਕ ਦਿਨ ਪਟਵਾਰੀ ਨੂੰ ਕੀ ਆਖਦੀ ਹੈ ਤੇ ਅੱਗੋਂ ਪਟਵਾਰੀ ਸਾਹਿਬ ਕੀ ਜਵਾਬ ਦਿੰਦੇ ਆ ਉਹੀ ਪੁਰਾਣੇ ਸੌਂਗ ਤੋਂ ਸ਼ੁਰੂ ਕਰੀਏ ਸਿਆਣੇ ਕਹਿੰਦੇ ਆ ਵੀ ਜਿਹਨੇ ਰੋਜ਼ੀ ਰੋਟੀ ਦਿੱਤੀ ਹੋਵੇ ਕਿਸੇ ਵੀ ਇਨਸਾਨ ਨੂੰ ਉਹਨੂੰ ਭੁੱਲਣਾ ਨਹੀਂ ਚਾਹੀਦਾ ਜੇ ਉਹਨੂੰ ਭੁੱਲ ਜਾਈਏ ਸਮਝ ਲਓ ਰੱਬ ਭੁੱਲ ਜਾਂਦਾ ਰੱਬ ਭੁੱਲ ਜਾਂਦਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਉਸ ਗਾਣੇ ਤੋਂ ਸ਼ੁਰੂ ਕਰੀਏ ਜਿਹਨੇ ਸਾਨੂੰ ਰੋਜ਼ੀ ਰੋਟੀ ਦਿੱਤੀ ਸਾਨੂੰ ਇੱਕ ਨੂੰ ਨਹੀਂ ਦਿੱਤੀ 40 ਜੀਆਂ ਨੂੰ ਰੋਜ਼ੀ ਰੋਟੀ ਦਿੱਤੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਸ਼ੁਰੂ ਕਰੀਏ ਹੰਬ ਕੀ ਬਣਾਉਂਦੀ ਤੇਰੀ ਚਾਹ ਪਟਵਾਰੀ ਆਵੇ ਹੰਬ ਕੀ ਬਣਾਉਂਦੀ
ਲੋਕਾਂ ਦੀਆਂ ਦੋ ਦੋ ਵੋਟੀਆਂ ਸਾਡੀ ਇੱਕ ਵੀ ਬਿਮਾਰ ਪਈ ਸਾਡੀ ਇੱਕ ਵੀ ਬਿਮਾਰ ਪਈ ਸਾਡੀ ਸੋਹਣੇ ਤੋਬਾ ਤੋਬਾ ਕਰਦੇ ਫਿਰ ਨਿਮਨ ਮੋਹਣੇ
ਜਜ਼ਬਾਤੀ ਕਰੀ ਜਾਂਦੀਆਂ ਅੱਗੇ ਉੱਤੇ ਸੋਹਣੀਏ ਬਰੂਦ ਧਰੀ ਜਾਂਦੀਆਂ ਨੀ ਬਰੂਦ ਧਰੀ ਜਾਂਦੀਆਂ ਬਸ ਕਰ ਤੂੰ ਜਜ਼ਬਾਤੀ ਕਰੀ ਜਾਂਦੀਆਂ ਅੱਗੇ ਉੱਤੇ ਸੋਹਣੀਏ ਬਰੂਦ ਧਰੀ ਜਾਂਦੀਆਂ ਨਹੀਂ ਦਾਖਲ ਕਰਾਉਣ ਯੁੱਗ ਛੱਡਣੇ ਨਹੀਂ ਦਾਖਲ ਕਰਾਉਣ ਯੁੱਗ ਛੱਡਣੇ ਪੁੱਛ ਲੈਣ ਜੋ ਜਿੰਨਾ ਦੇ ਦਿਨ ਬੀਤੇ ਹੋਏ ਆ ਕਿ ਤੂੰ ਪੁੱਛ ਨਾ ਚੜਾ ਦੀ ਵਹਿਲੀ ਜੱਟ ਨੂੰ ਸ਼ਰੀਫ ਦਿਲ ਜਾਨੀਆਂ
ਪਿੱਛੇ ਸਾਰਾ ਦਿਨ ਮੇਰੇ ਅੱਗੇ ਪਿੱਛੇ ਘੁੰਮਦੀ ਖਾਖੀ ਕਰਦੀ ਭੇਡਾਂ ਨਾ ਕੰਪੇਅਰ ਸੋਣੀਏ ਭੇਡਾਂ ਨਾ ਕੰਪੇਅਰ ਸੋਣੀਏ ਨਾਲ ਨਹੀਂ ਹੁੰਦਾ ਸਾਨਾ ਦੀ ਕਬਜ ਚੱਲਣ ਗਈਆਂ ਕਿਰਪਾਨਾਂ ਦੀ ਕਬਜ ਸੱਚੀਆਂ ਮੁਹੱਬਤਾਂ ਜਨਕ ਲੋਕ ਤੁਸੀਂ ਸਾਰੇ ਸਮਝਦਾਰ ਹੋ ਗਾਣਾ ਉਹੀ ਹੁੰਦਾ ਜਿਹਦੇ ਵਿੱਚ ਕੋਈ ਗੱਲ ਹੋਵੇ ਤੇ ਗੱਲ ਵੀ ਉਹੀ ਹੁੰਦੀ ਹੈ ਜਿਹਦੇ ਵਿੱਚ ਕੋਈ ਗੱਲ ਹੋਵੇ ਸੱਚੀਆਂ ਰੂਹਾਂ ਤੇ ਸੱਚੀਆਂ ਮੁਹੱਬਤਾਂ ਬੜਾ ਪਿਆਰਾ ਸੌਂਗ ਤੋਂ ਨੱਚ ਕਰਨ ਜਾ ਰਹੇ ਹਾਂ ਰੂਹਾਂ ਦਾ ਪਿਆਰ ਅੰਤਾਂ ਦਾ ਪਿਆਰ ਵਾਅਦੇ ਕੀਤੇ ਹੁੰਦੇ ਆ ਇਕੱਠਿਆਂ ਕੈਨੇਡਾ ਜਾਣ ਦੇ ਕਿਉਂਕਿ ਸਾਡੇ ਮਾਲਵੇ ਦੇ ਵਿੱਚ ਤੁਸੀਂ ਸਮਝਦਾਰ ਹੋ ਸਾਰੇ ਕਿਉਂਕਿ ਆਈਲੈਟਸ ਮੁੰਡਿਆਂ ਤੋਂ ਕਈ ਵਾਰ ਘੱਟ ਹੁੰਦੀ ਆ ਪਰ ਸਾਡੇ ਮਾਲਵੇ ਵਾਲੇ ਜੁਗਾੜ ਲਾ ਲੈਂਦੇ ਆ ਜੀ ਉਹ ਕਹਿੰਦੇ ਆ ਕਿ ਕੁੜੀ 'ਤੇ 27-28 ਲੱਖ ਰੁਪਈਆ ਲਾ ਦਿਓ ਕੁੜੀ ਨੂੰ ਬਾਹਰ ਭੇਜ ਦਿਓ ਕੁੜੀ ਮੁੰਡੇ ਨੂੰ ਬੁਲਾ ਲਊ ਮੁੰਡਾ ਬੇਬੇ ਬਾਪੂ ਨੂੰ ਬੁਲਾ ਲਊ ਮਗਰ ਸਾਰੇ ਟੱਬਰ ਦੀ ਜੂਨ ਸੁਧਰ ਜੂ ਬਿਲਕੁਲ ਪਰ ਹੁੰਦਾ ਉਹ ਆ ਜਿਹੜਾ ਰੱਬ ਨੂੰ ਮਨਜ਼ੂਰ ਹੋਵੇ ਬੰਦਾ ਤਾਂ ਬਹੁਤ ਕੁਛ ਸੋਚਦਾ ਯਾਰ ਹੁਣ ਵਾਅਦੇ ਕੀਤੇ ਆ ਇਕੱਠਿਆਂ ਨੇ ਫੀਸਾਂ ਭਰੀਆਂ ਮੁੰਡੇ ਨੇ ਆਈਲੈਟਸ ਕੁੜੀ ਨੂੰ ਕਰਾਇਆ ਵੀ ਮੈਂ ਨਾਲ ਹੀ ਜਾਣਾ ਵੀ ਨਾਲ ਹੀ ਲੈ ਕੇ ਜਾਊਗਾ ਪਰ ਗੱਲ ਦਿਲ ਦੇ ਵਿੱਚ ਕੁਛ ਹੋਰ ਸੀ 27-28 ਲੱਖ ਰੁਪਈਆ ਲਾਇਆ ਅਤੇ ਸਾਰਾ ਟੱਬਰ ਏਅਰਪੋਰਟ ਤੋਂ ਚੜ੍ਹਾਉਣ ਚਲਾ ਗਿਆ ਟੈਂਪੂ ਟਰੈਵਲ ਕਰਾ ਕੇ ਸਾਰੇ ਬਹਿ ਗਏ ਜਿਹੜਾ ਮੇਰੇ ਵਰਗਾ ਨਹੀਂ ਵੀ ਬੈਠਾ ਸੀ ਉਹ ਵੀ ਬਹਿ ਗਿਆ ਵਿੱਚ ਵੀ ਛੱਡਣ ਚੱਲੇ ਆ ਕੁੜੀ ਨੂੰ ਛੱਡਣ ਚੱਲੇ ਆ ਚਲੋ ਵੀ ਮਿੰਦੋ ਨੂੰ ਬਹਾ ਲਓ ਜੈਲੇ ਫੁੱਫੜ ਨੂੰ ਲੈ ਚੱਲੋ ਸਾਰਿਆਂ ਨੂੰ ਲੈ ਚੱਲੋ ਹੁਣ ਇੱਧਰੋਂ ਤਾਂ ਕੁੜੀ ਨੂੰ ਚੜ੍ਹਾਇਆ ਏ ਭਾਈ ਬੜੇ ਪਿਆਰ ਨਾਲ ਚੜ੍ਹਾਇਆ ਏ ਪਰ ਇੱਧਰਲੇ ਏਅਰਪੋਰਟ ਤੋਂ ਚਲੀ ਗਈ ਉੱਧਰੋਂ ਪਤਾ ਨਹੀਂ ਲੱਗਿਆ ਵੀ ਕਿੱਧਰ ਚਲੀ ਗਈ ਉੱਧਰ ਹੋ ਗਈ ਫੁਰ ਕੋਈ ਨਹੀਂ ਬਹਿ ਜਾਓ ਕੋਈ ਨਹੀਂ ਹੁਣ ਜਦੋਂ ਇੱਧਰੋਂ ਫੁਰ ਹੋ ਗਈ ਕੋਈ ਨਹੀਂ ਮੁਲਾਜ਼ਮ ਹੈਗੇ ਆ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਤੁਸੀਂ ਬੈਠੋ ਹਾਂ ਲਓ ਜਦੋਂ ਗੱਭਰੂ ਨੂੰ ਪਤਾ ਲੱਗਦਾ ਕਿ ਇਕੱਲੀ ਚਲੀ ਗਈ ਹੈ ਲਓ ਗੱਭਰੂ ਮਟਿਆਰ ਨੂੰ ਕੀ ਆਖਦਾ ਹੈ ਤਾਂ ਅੱਗੋ ਮਟਿਆਰ ਕੀ ਜਵਾਬ ਦਿੰਦੀ ਹੈ ਤੁਹਾਡੇ ਨਜ਼ਰ ਕਰਨ ਜਾ ਰਿਹਾ ਬਹੁਤ ਪਿਆਰਾ ਸੌਂਗ ਹਾਂਜੀ ਇਹ ਦੁਨੀਆ ਇਹ ਭੇਦ ਨਹੀਂ ਪਾਇਆ ਕਿਸੇ ਦਾ ਕੋਈ ਰਹਿਣ ਦਿਓ ਛੱਡ ਦਿਓ ਜਿਹੜਾ ਬੰਦਾ ਜਿੱਦਾਂ ਖੁਸ਼ ਆ ਉਹਨੂੰ ਖੁਸ਼ ਰਹਿਣ ਦਿਓ ਯਾਰ ਜਿੱਦਾਂ ਖੁਸ਼ ਆ ਖੁਸ਼ ਰਹਿਣ ਦਿਓ ਕੋਈ ਲੜਕੇ ਖੁਸ਼ ਆ ਕੋਈ ਕਿਸੇ ਦੀਆਂ ਜੜ੍ਹਾਂ ਵੱਢ ਕੇ ਖੁਸ਼ ਆ ਕੋਈ ਕਿਸੇ ਦਾ ਮਾੜਾ ਕਰਕੇ ਖੁਸ਼ ਆ ਰਹਿਣ ਦਿਓ ਜਿਹੜਾ ਕਿਸੇ ਦੀ ਰਜਾ 'ਚ ਖੁਸ਼ ਆ ਖੁਸ਼ ਰਹਿਣ ਦਿਓ ਤੁਸੀਂ ਕਿਹਦਾ ਸਵਾਰੋਗੇ ਕਿਸੇ ਦਾ ਕੁਛ ਨਹੀਂ ਕਰ ਸਕਦੇ ਤੁਸੀਂ ਇਹ ਦੁਨੀਆ ਵਾਂਗ ਕਬੂਤਰ ਦੇ ਸੁਣ ਲਈਆਂ ਗੱਲਾਂ ਸਾਰੀਆਂ
ਤੇਰੀ ਤੇ ਉੱਚੀਆਂ ਗੱਲਾਂ ਹੋ ਗਈਆਂ, ਉੱਚੀ ਸੋਚ ਤੇਰੀ ਤੇ ਉੱਚੀਆਂ ਗੱਲਾਂ ਹੋ ਗਈਆਂ, ਕਿੱਥੇ ਨਜ਼ਰੀ ਆਉਂਦੇ, ਕਿੱਥੇ ਨਜ਼ਰੀ ਆਉਂਦੇ, ਕਿੱਥੇ ਨਜ਼ਰੀ ਆਉਂਦੇ ਸਾਡੇ ਜਿਹੇ ਵਿਚਾਰੇ, ਚੁਗ ਕੇ ਚੋਗ ਰਖਾਨੇ ਨੀ, ਚੁਗ ਕੇ ਚੋਗ ਰਖਾਨੇ, ਚੁਗ ਕੇ ਚੋਗ ਰਖਾਨੇ ਬਹਿ ਗੈਰਾਂ ਦੀ ਛਤਰੀ ਗਈ, ਭੁੱਲ ਗਈ ਸਮੇਂ ਸੋਹਣੀਏ ਮਿੱਤਰਾਂ ਨਾਲ ਗੁਜ਼ਾਰੇ, ਆਹ
ਮਿੱਠੀ ਏ ਤੂੰ ਅੰਦਰੋਂ ਦਿਲ ਦੀ ਕਾਲੀ ਮੂੰਦੀ ਮਿੱਠੀ ਏ ਤੂੰ ਨੀ ਮੂੰਦੀ ਮਿੱਠੀ ਏ ਤੂੰ ਮੂੰਦੀ ਮਿੱਠੀ ਏ ਤੂੰ ਅੰਦਰੋਂ ਦਿਲ ਦੀ ਕਾਲੀ ਅੱਖਾਂ ਬਿੱਲੀਆਂ ਦੇ ਨਾਲ ਓਏ ਅੱਖਾਂ ਬਿੱਲੀਆਂ ਦੇ ਨਾਲ ਅੱਖਾਂ ਬਿੱਲੀਆਂ ਦੇ ਨਾਲ ਮਤਮ ਤਰ੍ਹਾਂ ਦੀ ਮਾਰੇ ਭਾਵੇਂ ਮੈਂ ਤੇ ਵਿੱਚ ਹੱਥ ਤੰਗ ਸੀ ਬੱਲੀਏ ਮਿੱਤਰਾਂ ਦਾ ਭਾਵੇਂ ਮੈਂ ਤੇ ਵਿੱਚ ਸੀ ਹੱਥ ਤੰਗ ਸੀ ਬੱਲੀਏ ਮਿੱਤਰਾਂ ਦਾ ਤਾਂ ਵੀ ਗਿਣਤੇ ਨੀ ਮੈਂ ਅੰਬਰਾਂ ਦੇ ਹਾਏ ਤਾਰੇ ਚੰਗਾ ਖਿਆਲ ਰੱਖੀ ਸੇਮੇ ਤਲਵੰਡੀ ਵਾਲੇ ਆਵੇ ਤੈਨੂੰ ਭੁੱਲ ਨਹੀਂ ਸਕਦੀ ਉਮਰ ਸੋਹਣਿਆ ਸਾਰੀ ਯਾਰ ਕੌਣ ਕਿਸੇ ਨੂੰ ਭੁੱਲਦਾ ਭੁੱਲ ਜਾਂਦੇ ਬਾਈ ਕੌਣ ਕਿਸੇ ਨੂੰ ਭੁੱਲਦਾ ਕੀਤੀ ਮਿਹਨਤਾਂ ਦੇ ਨਾਲ ਕਮਾਈ ਹੋਵੇ ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦਾ ਕੀਤੀ ਮਿਹਨਤਾਂ ਦੇ ਨਾਲ ਕਮਾਈ ਹੋਵੇ ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦਾ ਚਾਵਾਂ ਔਲਾਦਾਂ ਦੇ ਨਾਲ ਹੋਵੇ ਔਲਾਦ ਪਾਲੀ ਮੁੱਖ ਮੋੜ ਜਾਵੇ ਬੜਾ ਦੁੱਖ ਲੱਗਦਾ ਲੱਗਦਾ ਨਾ ਲੱਗਦਾ ਜੀ ਲੱਗਦਾ ਲੱਗਦਾ ਜੀ ਹਾਂ ਨੌ ਸੱਸ ਦੇ ਰਿਸ਼ਤੇ ਵਿੱਚ ਨਾਲ ਭਾਬੀ ਦੇ ਰੁੱਸ ਦਿਓਰ ਜਾਵੇ ਬੜਾ ਦੁੱਖ ਲੱਗਦਾ ਫਿਰ ਵੀ ਬੜਾ ਬੈਠਾ ਇੱਕ ਦੂਜੇ ਦੀਆਂ ਸਿਫਤਾਂ ਕਰਦੇ ਆ ਤੁਹਾਡੇ ਜੀ ਕਰਨ ਜਾ ਰਹੇ ਬਹੁਤ ਪਿਆਰੇ ਸੀ ਹਾਂਜੀ
ਪਰੀਆਂ ਦੀ ਰਾਣੀ ਕੋਈ ਧਰਤੀ ਤੇ ਆਈ ਸਾਰੇ ਪਿੰਡ ਨੂੰ ਛੁਦਾਈ ਉਹ ਹੈ ਪਰੀਆਂ ਦੀ ਰਾਣੀ ਕੋਈ ਧਰਤੀ ਤੇ ਆਈ ਜਿਹਦੇ ਨਖਰੇ ਨੇ ਕੀਤਾ ਸਾਰੇ ਪਿੰਡ ਨੂੰ ਛੁਦਾਈ ਜਿਹਦੇ ਨਖਰੇ ਨੇ ਕੀਤਾ ਸਾਰੇ ਪਿੰਡ ਨੂੰ ਛੁਦਾਈ ਸਾਡਾ ਭਰਤੀ ਆ ਪਾਣੀ ਮੈਨੂੰ ਕਹਿੰਦੀ ਲਾਡੋ ਰਾਣੀ ਮੈਨੂੰ ਕਹਿੰਦੀ ਲਾਡੋ ਰਾਣੀ ਸਾਡਾ ਭਰਤੀ ਆ ਪਾਣੀ ਲੈ ਜੀ ਟੋਲੀ ਵਿੱਚ ਹਾਣੀ ਆ ਬੱਠਾ ਕੇ ਮੈਨੂੰ ਕਹਿੰਦੀ ਰੱਖੋ ਮਿੱਤਰ ਆਵੇ ਤੈਨੂੰ ਇੱਕ ਤਾਂ ਤਵੀਹ ਤੋਂ ਬਣਾ ਕੇ ਤਨ ਸਿੱਧ ਬਾਬਾ ਸਰੂਪ ਨਾਥ ਜੀ
ਸਮੁੱਚੀ ਪ੍ਰਬੰਧ ਕਮੇਟੀ ਵੱਲੋਂ 1100 ਰੁਪਏ ਦਾ ਖੂਬਸੂਰਤ ਇਨਾਮ ਸਾਡੇ ਕੋਲ ਪਹੁੰਚਿਆ ਜੀ, ਮਸ਼ਕੂਰਾਂ, ਬਹੁਤ ਬਹੁਤ ਮਿਹਰਬਾਨੀ। ਹੋਰ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚ ਰਿਹਾ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਦਾ। ਪਟਵਾਰੀ ਸਾਹਿਬ ਬਹੁਤ ਸਾਰਾ ਪਿਆਰ ਭੇਜਦੇ ਨੇ, ਤੈਨੂੰ ਤੋਂ ਸ਼ੁਕਰਗੁਜ਼ਾਰ ਹਾਂ ਜੀ, ਬਹੁਤ ਬਹੁਤ ਮਿਹਰਬਾਨੀ। ਸਰਦਾਰ ਸੁਖਦੇਵ ਸਿੰਘ ਜੀ ਸੋਢੀ ਸਾਹਿਬ ਆ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ, ਤੈਨੂੰ ਤੋਂ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਮਿਹਰਬਾਨੀ। ਕੀ ਹੋਵੇ ਰਾਤ ਨੀ, ਹੌਲੀ ਹੌਲੀ ਕੰਨ ਚ ਸੁਣਾਵਾਂ ਤੈਨੂੰ ਬਾਤ ਨੀ। ਸੁਨੀ ਚੰਨ ਚਾਨਣੀ ਤੇ ਟਿੱਕੀ ਹੋਵੇ ਰਾਤ ਨੀ, ਹੌਲੀ ਹੌਲੀ ਕੰਨ ਚ ਸੁਣਾਵਾਂ ਤੈਨੂੰ ਬਾਤ ਨੀ, ਹੌਲੀ ਹੌਲੀ ਕੰਨ ਚ ਸੁਣਾਵਾਂ ਤੈਨੂੰ ਬਾਤ ਨੀ। ਸਾਨੂੰ ਵੇਖ ਵੇਖ ਕੇ ਬਿੱਲੋ ਨੀ, ਸਾਨੂੰ ਵੇਖ ਵੇਖ ਕੇ ਬਿੱਲੋ, ਇੱਕ ਦੂਜੇ ਤੋਂ ਸੰਗਣ ਚੰਨ ਤਾਰੇ ਦੀ, ਇੱਕ ਹੋ ਜੇ ਖੇਤੀ ਵੀ ਦੂਜਾ ਵਿਆਹ ਸਾਡਾ ਹੋ ਜੇ ਮੁਟਿਆਰੇ ਦੀ, ਇੱਕ ਹੋ ਜੇ ਦੂਜਾ ਵਿਆਹ ਸਾਡਾ ਹੋ ਜੇ ਮੁਟਿਆਰੇ ਦੀ, ਇੱਕ ਹੋ ਜੇ ਖੇਤੀ ਫੀਮ ਦੀ।
ਭਰਾ ਗਿਆ ਸੀ ਅਤੇ ਉਹੀ ਮੁੜ ਕੇ ਦੁਬਾਰਾ ਫਿਰ ਆਇਆ ਅਤੇ ਦੋ ਬੋਲ ਉਸ ਵੀਰ ਲਈ ਸਿੱਧੂ ਮੂਸੇ ਵਾਲਾ ਆ ਗਿਆ ਦੁਬਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਸਿੱਧੂ ਮੂਸੇ ਵਾਲਾ ਆ ਗਿਆ ਦੁਬਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਬੁੱਢੇ ਮਾਪਿਆਂ ਨੂੰ ਮਿਲ ਗਿਆ ਸਹਾਰਾ ਸਿੱਧੂ ਮੂਸੇ ਵਾਲਾ ਆ ਗਿਆ ਦੁਬਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਖੁਸ਼ੀਆਂ ਨੂੰ ਖੰਭ ਲੱਗ ਗਏ ਬੁੱਢੇ ਮਾਪਿਆਂ ਨੂੰ ਬੁੱਢੇ ਮਾਪਿਆਂ ਨੂੰ ਮਿਲ ਗਿਆ ਸਹਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਖੁਸ਼ੀਆਂ ਨੂੰ ਖੰਭ ਲੱਗ ਗਏ ਖੁਸ਼ੀਆਂ ਨੂੰ ਖੰਭ ਲੱਗ ਗਏ ਉਹਦੇ ਜਾਣ ਪਿੱਛੋਂ ਦੁਨੀਆ ਉਦਾਸ ਸੀ ਉਹਦੇ ਜਾਣ ਪਿੱਛੋਂ ਦੁਨੀਆ ਉਦਾਸ ਸੀ ਚਾਉਣ ਵਾਲਿਆਂ ਦੇ ਮਨ ਵੀ ਨਿਰਾਸ ਸੀ ਚਾਉਣ ਵਾਲਿਆਂ ਦੇ ਮਨ ਵੀ ਨਿਰਾਸ਼ ਸੀ ਘਾਟਾ ਚੱਲਣਾ ਔਖਾ ਘਾਟਾ ਚੱਲਣਾ ਔਖਾ ਸੀ ਇੰਨਾ ਭਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਸਿੱਧੂ ਮੂਸੇ ਵਾਲਾ ਆ ਗਿਆ ਦੁਬਾਰਾ ਖੁਸ਼ੀਆਂ ਨੂੰ ਖੰਭ ਲੱਗ ਗਏ ਖੁਸ਼ੀਆਂ ਨੂੰ ਖੰਭ ਲੱਗ ਗਏ ਖੁਸ਼ੀਆਂ ਨੂੰ ਖੰਭ ਲੱਗ ਗਏ ਸਾਂਭਲੂ ਹਵੇਲੀ ਬਈ ਵਾਰਸ ਹੋਣੇ ਆ ਗਿਆ 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 ਉਜੜਿਆਂ ਚਿਹਰਿਆਂ ਦੇ ਉੱਤੇ ਹਾਸਾ ਛਾ ਗਿਆ ਉਜੜਿਆਂ ਚਿਹਰਿਆਂ ਦੇ ਉੱਤੇ ਹਾਸਾ ਛਾ ਗਿਆ ਹੁਣ ਪਹਿਲਾਂ ਵਾਲਾ ਓਏ ਹੁਣ ਪਹਿਲਾਂ ਵਾਲਾ ਆਊਗਾ ਨਜ਼ਾਰਾ
ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਸਿੱਧੂ ਮੂਸੇਵਾਲਾ ਆ ਗਿਆ ਦੁਬਾਰਾ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਬੁੱਢੇ ਮਾਪਿਆਂ ਦਾ, ਬੁੱਢੇ ਮਾਪਿਆਂ ਦਾ ਬਣ ਗਿਆ ਸਹਾਰਾ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਬੁੱਢੇ ਮਾਪਿਆਂ ਦਾ ਬਣੂਗਾ ਸਹਾਰਾ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਸਿੱਧੂ ਮੂਸੇਵਾਲਾ ਓਏ ਸਿੱਧੂ ਮੂਸੇਵਾਲਾ ਆ ਗਿਆ ਦੁਬਾਰਾ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਬੁੱਢੇ ਮਾਪਿਆਂ ਨੂੰ, ਬੁੱਢੇ ਮਾਪਿਆਂ ਨੂੰ ਮਿਲ ਗਿਆ ਸਹਾਰਾ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ, ਖੁਸ਼ੀਆਂ ਨੂੰ ਖੰਭ ਲੱਗ ਗਏ। ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਮੇਰੇ ਵੀਰ ਲਈ ਸਿੱਧੂ ਮੂਸੇਵਾਲੇ ਦੇ ਨਾਂ 'ਤੇ, ਕਿਉਂਕਿ ਉਹ ਹਵੇਲੀਆਂ ਕਹਿੰਦੇ ਪੁੱਤਾਂ ਵਾਲੇ ਉਹ ਜੱਗ 'ਤੇ ਪੁੱਤ ਮੇਵਾ ਪੁੱਤਾਂ ਵਾਜਨਾ ਨਿਹਮਤਾਂ ਭਾਂਦੀਆਂ ਨੇ, ਦੌਲਤ ਲੱਗਦੀ ਮਿੱਟੀ ਦੇ ਢੇਰ ਵਾਂਗੂ ਵੱਢ ਵੱਢ ਕੇ ਅਮੀਰੀਆਂ ਖਾਂਦੀਆਂ ਨੇ, ਪੁੱਤਾਂ ਵਾਜਨਾ ਆਂਦਰਾਂ ਹੁਣ ਹਰੀਆਂ ਬੇਲਾਂ ਬਿਨ ਪਾਣੀ ਕਮਲਾਂਦੀਆਂ ਨੇ, ਇੱਕ ਪਲ ਵੀ ਪੁੱਤ ਅੱਖੋਂ ਹੁਣ ਓਹਲੇ ਮਾਵਾਂ ਅੰਨੀਆਂ ਹੋ ਜਾਂਦੀਆਂ, ਉਹ ਮਾਵਾਂ ਅੰਨੀਆਂ ਹੋ ਜਾਂਦੀਆਂ ਨੇ, ਕਿਉਂਕਿ ਹਵੇਲੀ ਜਿਹੜੀ ਸੁੰਨੀ ਪਈ ਸੀ ਉਹਦੇ ਵਿੱਚ ਵੀ ਰੌਣਕ ਆਈ ਆ, ਕਿਉਂਕਿ ਜੇ ਅਸੀਂ ਕਿਸੇ ਲਈ ਭਲਾ ਸੋਚਾਂਗੇ, ਕਿਸੇ ਲਈ ਕੋਈ ਦੁਆ ਕਰਾਂਗੇ ਤਾਂ ਫਿਰ ਹੀ ਆਪਣੇ ਲਈ ਹੁੰਦਾ, ਜੇ ਕਿਸੇ ਲਈ ਟੋਆ ਪੁੱਟਾਂਗੇ ਇਹ ਨਾ ਸੋਚਿਓ, ਸਭ ਤੋਂ ਪਹਿਲਾਂ ਆਪਾਂ ਉਹ ਟੋਏ ਦੇ ਵਿੱਚ ਡਿੱਗਾਂਗੇ। ਇਸ ਲਈ ਦੁਆ ਸਾਡੇ ਭਰਾ ਲਈ, ਸਾਡੇ ਦਿਲ ਤੋਂ ਦੁਆ ਸਾਡੇ ਕਲਾਕਾਰਾਂ ਭਰਾਵਾਂ ਲਈ ਸਾਰਿਆਂ ਦੀ, ਕਿ ਸਿੱਧੂ ਦੀ ਹਵੇਲੀ ਦੇ ਵਿੱਚ ਫਿਰ ਉਸੇ ਤਰ੍ਹਾਂ ਖੁਸ਼ੀਆਂ ਜਿਹੜੀਆਂ ਉਹ ਮੁੜ ਕੇ ਆਈਆਂ ਨੇ, ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਵੀਰ ਨੂੰ ਤੱਤੀ ਵਾਹ ਨਾ ਲੱਗੇ, ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਫਿਰ ਉਸੇ ਤਰ੍ਹਾਂ ਪੰਜਾਬੀਆਂ ਦੇ ਵਿੱਚ ਸੇਵਾ ਕਰੇ। ਥੈਂਕ ਯੂ, ਲਵ ਯੂ ਆਲ। ਆ ਬਈ ਸਾਧੂ ਸਿੰਘ ਜੀ ਸਾਡਾ ਛੋਟਾ ਵੀਰ ਆ, ਥੈਂਕ ਯੂ, ਲਵ ਯੂ ਸਾਧੂ, ਤੈਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਇੰਦਰਲੇ ਏਰੀਏ 'ਚ ਆਈਏ ਤਾਂ ਸਾਧੂ ਸਾਨੂੰ ਪੱਕਾ ਮਿਲਦਾ, ਅਤੇ ਸਾਧੂ ਦਾ ਜ਼ਿਕਰ ਹਾਜ਼ਰੀ ਨਾਲ ਲੱਗੇ ਮੇਰੇ ਸਾਹਮਣੇ, ਫਿਰ ਸਾਡੀ ਵੀ ਸਟੇਜ ਅਧੂਰੀ ਹੈ। ਤਾਂ ਬਹੁਤ ਬਹੁਤ ਵਧਾਈ ਹੈ ਜੀ ਧੰਨ ਧੰਨ ਸਿੱਧ ਬਾਬਾ ਸਰੂਪ ਨਾਥ ਜੀ, ਸਮੁੱਚੀ ਪ੍ਰਬੰਧ ਕਮੇਟੀ ਸਮੂਹ ਨਗਰ ਨਿਵਾਸੀ ਪਿੰਡ ਭਾਮੜੀ, ਕਮੇਟੀ ਮੈਂਬਰ ਸਰਦਾਰ ਜੱਗਾ ਸਿੰਘ ਜੀ, ਕਹਿੰਦੇ ਇੱਦਾਂ ਹੀ ਮੇਲ ਪੜਿਆ ਹੱਥ ਰੱਖੇ, ਇੱਦਾਂ ਹੀ ਮੇਲੇ ਕਰਵਾਉਂਦੇ ਰਹਿਣ। ਜਿਵੇਂ ਤੁਸੀਂ ਜਾਣਦੇ ਕਿ ਦੋਵੇਂ ਹੱਥ ਐਨੀ ਹੈ ਜਮਾਂਦਰੂ, ਪੈਰਾਂ ਨਾਲ ਪਲੱਸ ਟੂ ਕੀਤੀ, ਪੈਰਾਂ ਨਾਲ ਰੋਟੀ ਖਾਣਾ, ਦੋ ਬੇਟੇ ਇੱਕ ਇੱਕ ਸਾਲ ਦਾ, ਇੱਕ ਮੇਰੇ ਨਾਲ ਹੀ ਆਇਆ, ਆ ਤੁਹਾਡੇ ਨਾਲ ਹੀ ਖੜਾ ਏ, ਔਰ ਘਰ ਵਾਲੀ ਆ ਜਿਸ ਨੂੰ ਰਜਨੀ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਫਤਿਹਗੜ੍ਹ ਸਾਹਿਬ ਤੋਂ। ਇੱਕ ਗਾਣਾ ਹੀ ਮੇਰੀ ਰੋਜ਼ੀ ਰੋਟੀ ਆ, ਔਰ ਬਹੁਤ ਪਿਆਰੀ ਸਾਊਂਡ ਸੰਧੂ ਸਾਊਂਡ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਲਾਈਵ ਤੋਂ ਕਬੱਡੀ ਜੈਕਸਨ ਲਾਈਵ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਗਾਉਣਾ ਤਾਂ ਕੁਝ ਹੋਰ ਸੀ, ਪਰ ਪ੍ਰਬੰਧਕ ਕਮੇਟੀ ਦੀ ਫਰਮਾਇਸ਼ ਆ ਕਿ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਛਾ ਕਰੀਏ।
ਉਹ ਮੰਗਤੇ ਨਾਲੋ ਮੈਂ ਨਿੱਤ ਚੰਗੀ ਆਏ ਬਾਬਾ ਮੈਂ ਨਿੱਤ ਵਿੱਚ ਤੰਦਰੁਸਤੀ ਉਹ ਮੰਗਣ ਨਾਲੋ ਮਰਿਆ ਚੰਗਾ ਆਏ ਬਾਬਾ ਨਾ ਆਇਆ ਲਸਨਾ ਸੁਸਤੀ ਉਹ ਇਸ ਧਨ ਨੇ ਮੁੱਕ ਜਾਣਾ ਇਸ ਤਨ ਨਿਮਕ ਜਾਣਾ ਭਾਵੇਂ ਰੋਜ ਮਾਲਸ਼ਾਂ ਕਰੀਏ 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 ਰੋਟੀ ਹੱਕ ਦਿਖਾਈ ਦੇ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਰੋਟੀ ਹੱਕ ਦਿਖਾਈ ਦੇ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਰੋਟੀ ਹੱਕ ਦਿਖਾਈ ਦੇ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਸਾਰਿਆਂ ਨੇ ਇਸੇ ਤਰ੍ਹਾਂ ਗਰੀਬ ਦੀ ਸੇਵਾ ਕਰਨੀ ਆ ਕਿਉਂਕਿ ਨਾ ਮੈਂ ਦਿਹਾੜੀ ਲਾ ਸਕਦਾ ਵਾਂ ਇਹੋ ਮੇਰੀ ਰੋਜ਼ੀ ਰੋਟੀ ਆ ਮਾਲਕ ਨੇ ਜੇ ਮੈਨੂੰ ਹੱਥ ਨਹੀਂ ਬਖਸ਼ੇ ਤਾਂ ਆਵਾਜ਼ ਦਿੱਤੀ ਆਵਾਜ਼ ਦੇ ਨਾਲ ਹੀ ਮੈਂ ਆਪਣੇ ਘਰ ਦਾ ਸਰਕਲ ਚਲਾਉਂਦਾ ਵਾਂ ਜਿੰਨੇ ਵੀਰ ਮੈਨੂੰ ਵੇਖ ਰਹੇ ਨੇ ਉਹ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਤੁਸੀਂ ਮੈਨੂੰ ਦਾਨ ਦਿਓਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਦੁਗਣਾ ਕਰਕੇ ਵਾਪਸ ਕਰੇਗਾ ਆ ਜਾਓ ਜੀ ਸਾਡੇ ਪ੍ਰਧਾਨ ਜੀ ਉਹਨਾਂ ਵੱਲੋਂ 500 ਰੁਪਈਆ ਮਾਇਆ ਵਾਹਿਗੁਰੂ ਕਿਰਪਾ ਕਰੇ ਜੀ।